ਸਾਰਾ ਦਿਨ ਸਹੇਲੀ ਨਾਲ ਹੀ ਸਿਨੇਮਾ ਵੇਖਦਾ ਰਹਿੰਦਾ। ਬਸ ਬਈ ਉਹਦੀ ਸਹੇਲੀ ਐਕਚੁਅਲ 'ਚ ਇਹਦੀ ਘਰ ਵਾਲੀ ਹੈ ਯਾਰ। ਅਰਮਾਨ ਤੁਹਾਨੂੰ ਆਪਣੀ ਲਾਈਫ 'ਚ ਵਾਪਸ ਚਾਹੁੰਦਾ ਹੈ। ਮੈਂ ਉਹਨੇ ਆਪਣੀ ਸਾਰੀ ਗਲਤੀ ਰਿਅਲਾਈਜ਼ ਕਰ ਲਈ ਤੇ ਉਹਦਾ ਕਹਿਣਾ ਕਿ ਕਿਉਂ ਆਰ ਨਾਟ ਮਾਈ ਲਾਇਰ ਐਨੀਮੋਰ। ਜੇ ਤੁਸੀਂ ਲਵ ਮੈਰਿਜ ਕਰਾਉਣੀ ਹੈ ਤਾਂ ਤੁਹਾਨੂੰ ਇੰਡੀਆ ਵਿੱਚ ਹੀ ਰਹਿਣਾ ਪੈਣਾ। ਹਾਂਜੀ ਠੀਕ ਹੈ ਡੈਡ। ਚਾਚਾ ਜੀ ਨੇ ਮੇਰੇ ਤੇ ਤਲਵਾਰਾਂ ਨਾਲ ਹਮਲਾ ਕਰਤਾ, ਇਸੇ ਕਰਕੇ ਮਾਈਲਟ ਕਰਕੇ ਕੈਨੇਡਾ ਜਾਣਾ ਚਾਹੁੰਦਾ। ਇਹਨਾਂ ਸਾਰੇ ਖਤਰਿਆਂ ਤੋਂ ਦੂਰ, ਜ਼ਮੀਨ ਜ਼ਿਆਦਾ ਤਾਂ ਦੂਰ, ਬਸ ਪ੍ਰੀਤ ਸਮਝ। ਅੱਧੇ ਬੈਠ ਤੋਂ ਰਹਿ ਗਈ, ਤੂੰ ਸਿਰਫ ਅੱਧੇ ਤੋਂ। ਦੋ ਹਫ਼ਤੇ ਤਿਆਰੀ ਕਰਨ ਦੀ ਲੋੜ ਹੈ, ਮੈਂ ਜਦੀ ਤੇਰਾ ਪੇਪਰ ਭਰ ਦੇਣਾ। ਸਮਝਾ ਆਪਣੇ ਘਰ ਦੇ। ਬਸ ਆਹ ਤਿੰਨ ਚਾਰ ਚੀਜ਼ਾਂ ਫੋਲੋ ਕਰਨ ਦੀ ਲੋੜ ਹੈ ਤੇ ਤੇਰੇ 7 ਮਿੰਟ ਪੱਕੇ। ਆਹੂਰ ਫਰੀ ਕੌਣ ਹੋਵੇ ਇਹ, ਤੇਰੇ ਨਾਲ ਫਸਾਉਣੀ ਹੈ ਮੈਂ। गुड मॉर्निंग मम्मा। ਪੰਜ ਲੱਖ ਤਿੰਨ ਲੱਖ ਜੋ ਦੇਣਾ ਹੈ ਦੇ ਦਿਓ ਜੀ। ਜੱਜ ਸਾਹਿਬ, ਉਸ ਬੰਦੇ ਨਾਲ ਮੇਹਰ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਸੀ। ਫਿਰ ਉਹਨਾਂ ਨੇ ਕਾਲ ਰਿਕਾਰਡਿੰਗ 'ਚ ਕਿਉਂ ਮੰਨਿਆ? ਕਿਹੜੀ ਕਾਲ ਰਿਕਾਰਡਿੰਗ? ਜੇ ਗੱਲ ਹੈ ਤਾਂ ਮੇਹਰ ਪੀਆਰ ਲੈ ਕੇ ਬਾਹਰ ਕਿਉਂ ਜਾ ਰਹੀ ਹੈ? ਪਰ ਮੇਰੀ ਕਲਾਇੰਟ ਨੇ ਤਾਂ ਪੀਆਰ ਅਪਲਾਈ ਵੀ ਨਹੀਂ ਕਰੀ। ਕੋਰਟ ਦੇ ਅਡਜਾਰਨ ਆਬਜੈਕਸ਼ਨ ਜੱਜ ਸਾਹਿਬ, ਓਵਰਰੂਲਡ। ਤੁਹਾਨੂੰ ਆਪਣਾ ਪੱਖ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਪਰ ਜੱਜ ਸਾਹਿਬ, ਓਵਰਰੂਲਡ। ਕਮ ਇਨ। ਸੌਰੀ ਮੈਮ, ਮੈਂ ਡਿਸਟਰਬ ਤਾਂ ਨਹੀਂ ਕੀਤਾ? ਨਹੀਂ, ਇਟਸ ਓਕੇ। ਮੈਮ, ਇੱਕ ਮੁੰਡੇ ਦਾ ਨਾ ਵੀਜ਼ਾ ਆਇਆ ਤੇ ਤੁਹਾਡੇ ਵਾਸਤੇ ਮਠਿਆਈ ਲੈ ਕੇ ਆਇਆ। ਨਹੀਂ ਸੌਰੀ, ਮੈਨੂੰ ਭੁੱਖ ਨਹੀਂ ਹੈ। ਮੈਮ, ਤੁਹਾਡੀ ਫੇਵਰੇਟ ਹੈ ਭੁੱਜੇ ਖੋਏ ਵਾਲੀ। ਲੈ ਕੇ ਕੌਣ ਆਇਆ? ਇੰਦਰ। ਦੀ ਮੈਂ ਨਾ ਬਾਅਦ ਚੋਂ ਖਾ ਲਾਂਗੀ। ਚਲੋ ਠੀਕ ਹੈ, ਮੈਂ ਇੱਥੇ ਰੱਖ ਦਿੰਦੀ ਹਾਂ, ਤੁਸੀਂ ਚਾਹ ਨਾਲ ਖਾ। ਨਹੀਂ ਨਹੀਂ ਦੀ, ਤੁਸੀਂ ਪਲੀਜ਼ ਲੈ ਜਾਓ, ਮੈਂ ਹਜੇ ਖਾਣੀ ਹੈ। ਮੁੰਡੇ ਤੇ ਤੁਹਾਡੇ ਪੜਾਉਣ ਨਾਲ ਤਾਂ ਬੈਂਡ ਆਏ ਨੇ, ਨਹੀਂ ਇਹਨੇ ਕਿਹੜੇ ਲੱਲਰ ਲਾਉਣੇ ਸੀ। ਖਾ ਲਿਓ ਤੁਸੀਂ, ਮੈਂ ਇੱਥੇ ਰੱਖ ਦਿੰਦੀ ਹਾਂ। ਗੱਲ ਜੋ ਰੋਜ ਸਤਾਵੇ, ਬੇਬੇ ਬਾਪੂ ਨੇ ਚਾਹੁੰਦੇ ਮੁੰਡਾ ਸੈੱਟ ਸਾਡਾ ਹੋ ਜਾਵੇ। ਬੇਲਣ ਦਾ ਲਾਉਣਾ ਟੈਗ, ਕਰੂ ਹੈਲਪ ਮੈਂ ਪੂ ਫਲੈਗ, ਚੱਕਵੀਂ ਜੀ ਸੈਲਫੀ ਪਾਉਣੀ, ਫੜ ਟੈਰਾਂ ਵਾਲਾ ਬੈਗ।
ਇੱਕੋ ਥਾਂ ਅੜੀ ਗਰਾਰੀ ਚੜ ਕੇ ਜਹਾਜ ਦੀ ਬਾਰੀ ਲੈਣੀ ਛੇਤੀ ਪੀ ਯਾਰ ਸਾਨੂੰ ਡਾਲਰ ਨਾਲ ਪਿਆਰ ਯਾਰ ਚੱਲੇ ਬਾਹਰ ਕੱਢ ਗਾਣਾ ਬੰਨਾ ਸਟਾਰ ਯਾਰ ਚੱਲੇ ਬਾਹਰ ਜਾਂਦੀ ਲੈਣੀ ਮਸਟੈਂਗ ਕਾਰ ਵੀਕਐਂਡ ਤੇ ਜਾਣਾ ਬਾਹਰ ਤਾਈਓ ਯਾਰ ਚੱਲੇ ਬਾਹਰ ਇੰਦਰ ਮੈਡਮ ਨੇ ਨਾ ਸਾਰਾ ਡੱਬਾ ਹੀ ਰੱਖ ਲਿਆ ਮੈਂ ਉਹਨਾਂ ਨੂੰ ਬਥੇਰਾ ਜ਼ੋਰ ਲਾਇਆ ਮੈਂ ਕਿਹਾ ਮੈਡਮ ਇੰਦਰ ਨੇ ਹੋਰ ਵੀ ਬੱਚਿਆਂ ਨੂੰ ਵੰਡਣਾ ਪਰ ਉਹ ਤਾਂ ਮੰਨੇ ਨਹੀਂ ਤੂੰ ਇੱਦਾਂ ਕਰੀ ਹੋਰ ਬਰਫੀ ਲੈ ਲਈ ਠੀਕ ਹੈ ਉਹ ਵੰਡ ਦੀ ਠੀਕ ਹੈ ਜੀ ਹਾਂ ਇੰਦਰ ਹਾਂ ਰਮੀ ਕੀ ਹਾਲ ਹੈ ਮੈਂ ਵਧੀਆ ਕੰਗ੍ਰੈਚੁਲੇਸ਼ਨਸ ਵੀਜ਼ਾ ਆਉਂਦੀ ਆ ਥੈਂਕ ਯੂ ਕਦੋਂ ਆਇਆ ਰਾਤੀ 2:05 ਤੇ ਇੰਨੀ ਰਾਤ ਨੂੰ ਤੈਨੂੰ ਕਿਹਨੇ ਦੱਸਿਆ ਨਾ ਨਾ ਦੱਸਿਆ ਨਹੀਂ ਮੈਂ ਤਾਂ ਸੁੱਤਾ ਪਿਆ ਸੀ ਉਹ ਦਫਾ ਉਹਦੀ ਨੋਟੀਫਿਕੇਸ਼ਨ ਆਈ ਸੀ ਸਵੇਰੇ ਚੈੱਕ ਕੀਤੀ ਹਾਂ ਮੈਂ ਵੀ ਇਹਨਾਂ ਤੋਂ ਲਵਾ ਰਹੀ ਹਾਂ ਆਪਣੀ ਫਾਈਲ ਮੈਂ ਸੁਣਿਆ ਆਪਾਂ ਸਾਰਾ ਕੁਝ ਟਰੈਕ ਕਰ ਸਕਦੇ ਹਾਂ ਤੋਂ ਹਾਂ ਹਾਂ ਦੇਖ ਜਿਵੇਂ ਜਿਵੇਂ ਸਾਡੀ ਫਾਈਲ ਪ੍ਰੋਸੈਸ ਹੁੰਦੀ ਰਹਿੰਦੀ ਹੈ ਨਾ ਉਵੇਂ ਉਵੇਂ ਸਾਡਾ ਸਟੇਟਸ ਅਪਡੇਟ ਹੁੰਦਾ ਰਹਿੰਦਾ ਹੈ ਅਤੇ ਸਭ ਕੁਝ ਬੜੀ ਛੇਤੀ ਪ੍ਰੋਸੈਸ ਕਰਤਾ ਇਹਨਾਂ ਨੇ ਨਾਲੇ ਮੈਂ 13 ਸਟੂਡੈਂਟਸ ਨੂੰ ਐਪ ਪ੍ਰੈਫਰ ਕਰਕੇ ਨਾ ਅੱਧੀ ਫੀਸ ਇੱਥੇ ਹੀ ਜੋੜਦੀ ਇਹ ਤਾਂ ਵਧੀਆ ਯਾਰ ਪਰ ਇਹ ਅਮਾਊਂਟ ਤਾਂ ਤੁਹਾਨੂੰ ਕੈਨੇਡਾ ਜਾ ਕੇ ਮਿਲਣੀ ਹੈ ਨਾ ਇੱਥੇ ਤਾਂ ਨਹੀਂ ਹਾਂ ਅਮਾਊਂਟ ਤਾਂ ਕੈਨੇਡਾ ਜਾ ਕੇ ਮਿਲਣੀ ਹੈ ਪਰ ਇਸ ਅਮਾਊਂਟ ਨੇ ਮੇਰੀ ਲੋਨ ਲੈਣ 'ਚ ਬੜੀ ਹੈਲਪ ਕਰਤੀ ਉਹ ਕਿਵੇਂ ਦੇਖ ਡਫਾਵਾ ਨੇ ਇਸ ਅਮਾਊਂਟ ਦੇ ਬੇਸ 'ਤੇ ਬੈਂਕ ਨੂੰ ਗਰੰਟੀ ਲੈਟਰ ਭੇਜਤਾ ਅਤੇ ਉਹਨੇ ਮੇਰਾ ਲੋਨ ਈਜ਼ਲੀ ਪ੍ਰੂਫ ਕਰਤਾ ਅਤੇ ਬਾਕੀ ਆ ਪੈਸੇ ਤਾਂ ਮੇਰੇ ਅਕਾਊਂਟ 'ਚ ਆ ਹੀ ਜਾਣੇ ਆ ਅਤੇ ਮੈਂ ਸੋਚ ਰਿਹਾ ਹੋਰ ਸਟੂਡੈਂਟ ਨੂੰ ਨਾ ਐਪ ਪ੍ਰੈਫਰ ਕਰਕੇ ਆਪਣਾ ਸਾਰਾ ਲੋਨ ਇੱਥੇ ਪੇਬੈਕ ਕਰਦਾ ਇਹ ਤਾਂ ਬਹੁਤ ਸਹੀ ਹੈ ਯਾਰ ਪਰ ਇਹ ਗੱਲ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਮੈਂ ਵਿਆਹ ਵਾਲੇ ਪੰਗੇ ਤੋਂ ਤਾਂ ਬਚ ਜਾਂਦੀ ਉਹ ਕੀ ਹਾਲ ਆ ਕੈਨੇਡਾ ਵਾਲਿਆ ਕੀ ਹਾਲ ਹੈ ਬ੍ਰੋ ਖਵਾਤੀ ਬਰਫੀ ਜਵਾਖਾਂ ਨੂੰ ਮਚਾਤੇ ਕਾਲਜੇ ਉਹ ਕਿੱਥੇ ਯਾਰ ਮਚਾਉਣੇ ਸੀ ਪੂਰੇ ਤੋਂ ਪੂਰਾ ਡੱਬਾ ਰੱਖ ਲਿਆ ਮੈਡਮ ਨੇ ਓ ਮਾੜੀ ਹੋਈ ਆ ਮਾੜੀ ਹੋਈ ਐਡੀ ਵੀ ਗੱਲ ਨਹੀਂ ਲੈ ਹੋਰ ਲਿਆਊਗਾ ਹੁਣ ਬਾਹਰ ਜਾ ਕੇ ਡਾਲਰ ਵੱਢੂ ਹੈ ਨਾਲੇ ਮੇਰਾ ਸਪੀਕਰ ਵੇਚ ਕੇ ਵੀ 4-5 ਹਜ਼ਾਰ ਤੱਕ ਕਮਾਈ ਲਿਆ ਹੋਣੇ ਨੇ ਉਹ ਨਹੀਂ ਨਹੀਂ ਯਾਰ ਤੇਰਾ ਸਪੀਕਰ ਤਾਂ ਘਰੇ ਹੀ ਪਿਆ ਬ੍ਰੋ ਅੱਛਾ ਡਾਲੀ ਫਿਰ ਸ਼ਾਮ ਮੇਰੇ ਘਰੇ ਨਹੀਂ ਦੋਸਤ ਦੇ ਘਰੇ ਪਿਆ ਉਹ ਆੜੀ ਲੈ ਗਿਆ ਸੀ ਮੰਗ ਕੇ ਮੁੜ ਕੇ ਮੋੜੇ ਨਹੀਂ ਉਹਨੇ ਭੁੱਲ ਗਿਆ ਹੋਣਾ ਸ਼ਾਇਦ ਬੜੇ ਹਰਾਮੀ ਹੁੰਦੇ ਨੇ ਹਨਾ ਇਹ ਆੜੀ ਜਿਹੜੇ ਚੀਜ਼ ਲੈ ਤਾਂ ਜਾਂਦੇ ਨੇ ਦੁਬਾਰਾ ਵਾਪਸ ਨਹੀਂ ਕਰਦੇ ਹਾਂ ਯੂ ਆਰ ਰਾਈਟ ਕੀ ਤਾਂ ਕਰਦਾ ਹੁੰਦਾ ਇਹੋ ਜਿਹਾ ਟੱਕਰ ਜੇ ਨਾ ਤੂੰ ਮਰਾ ਸੜਦੇ ਰੱਖ ਕੇ ਕੰਨ ਤੇ ਮੈਂ ਚੱਲਦਾ ਮਿਠਾਈ ਨਾ ਮੁੱਕ ਜੇ ਬਾਏ ਲਾਤੀ ਫਾਈਲ ਫਿਰ ਚੱਲ ਵਧੀਆ ਲੈ ਨਜ਼ਾਰੇ ਬਾਹਰ ਜਾ ਕੇ ਚੱਲ ਯਾਰ ਹੁਣ ਕਾਇਮ ਹੋ ਜਾ ਕਿਸੇ ਕਿਸੇ ਨੂੰ ਮਿਲਦਾ ਬਾਹਰ ਜਾਣ ਦਾ ਮੌਕਾ ਘਰਦਿਆਂ ਨੂੰ ਵਿਜ਼ਟਰ ਵੀਜ਼ੇ ਤੇ ਬੁਲਾ ਲਈ ਹੌਲੀ ਹੌਲੀ ਉਹਨਾਂ ਨੂੰ ਪੀਆਰ ਕਰਾ ਦੀ ਹਾਂ ਸਮਾਂ ਵੈਸੇ ਸਾਰਾ ਕੁਛ ਨਾ ਦੇਰੀ ਬਦੌਲਤ ਹੋਇਆ ਸੱਚੀ ਬਹੁਤ ਪੁਸ਼ ਕਰਿਆ ਤੂੰ ਮੈਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਵਾਲੀ ਕੋਈ ਗੱਲ ਨਹੀਂ ਬਸ ਕੈਨੇਡਾ ਜਾ ਕੇ ਆਈਫੋਨ ਭੇਜ ਦੀ ਉਹ ਮਜ਼ਾਕ ਕਰਦਾ ਕਮਲੀ ਮੈਂ ਤੇ ਪ੍ਰੀਤ ਵੀ ਤੇਰੇ ਪਿੱਛੇ ਪਿੱਛੇ ਆਈ ਲੈ ਬਸ ਉਹ ਇੰਸਟੀਟਿਊਟ ਟਾਈਮ 'ਤੇ ਆ ਜਾ ਕਰੇ ਪਤਾ ਨਹੀਂ ਕਦੋਂ ਅੱਜ ਲੇਟ ਹੋ ਗਈ ਵੈਸੇ ਤੈਨੂੰ ਪਤਾ ਇਹ ਮੇਰਾ ਪਲਾਨ ਸੀ ਵੀ ਤੈਨੂੰ ਪੜ੍ਹਾ ਕੇ ਮੈਂ ਕੈਨੇਡਾ ਲੈ ਜਾਂ ਅਤੇ ਉੱਥੇ ਜਾ ਕੇ ਤੁਸੀਂ ਮੇਰੀ ਅਸਾਈਨਮੈਂਟ ਬਣਾਇਆ ਕਰੋ ਉਹ ਅਸਾਈਨਮੈਂਟ ਵਾਲਾ ਵੀ ਮਜ਼ਾਕ ਕਰਦਾ ਉਹ ਯਾਰ ਤੂੰ ਹਰ ਗੱਲ ਮੇਰੀ ਸੀਰੀਅਸ ਕਿਉਂ ਲਈ ਜਾਂਦੀ ਹੈ ਸਮਾਂ ਨਹੀਂ ਆਉਣਾ ਪ੍ਰੀਤ ਨੇ ਇੰਸਟੀਟਿਊਟ ਆਊਗੀ ਉਸ ਦਿਨ ਕਹਿ ਕੇ ਤਾਂ ਗਈ ਸੀ ਉਹ ਤੇਰਾ ਦਿਲ ਰੱਖਣ ਲਈ ਕਹਿ ਰਹੀ ਸੀ ਤੈਨੂੰ ਦੱਸਿਆ ਤਾਂ ਸੀ ਉਹਦੇ ਘਰ ਦੇ ਤਾਂ ਉਹਨੂੰ ਪਿਛਲੇ ਮਹੀਨੇ ਪੇਪਰ ਦਵਾ ਕੇ ਹਟਾਉਣ ਨੂੰ ਫਿਰਦੇ ਸੀ ਉਹ ਪਰ ਯਾਰ ਹੁਣ ਗੱਲ ਹੋਰ ਹੈ ਇਸ ਵਾਰ ਉਹ ਸਿਰਫ ਅੱਧੇ ਬੈਂਡ ਤੋਂ ਰਹਿ ਗਈ 2-3 ਹਫ਼ਤੇ ਤਿਆਰੀ ਕਰਨ ਦੀ ਲੋੜ ਹੈ ਬੈਂਡ ਆ ਜਾਣੇ ਉਹਦੇ ਯਾਰ ਨਹੀਂ ਮੰਨਦੇ ਸਮਣ ਉਹਦੇ ਘਰ ਦੇ ਮੇਰੀ ਕੱਲ੍ਹ ਹੀ ਉਹਦੇ ਨਾਲ ਗੱਲ ਹੋਈ ਆ ਉਹਨੇ ਹਰ ਤਰੀਕੇ ਨਾਲ ਉਹਨਾਂ ਨੂੰ ਸਮਝਾ ਕੇ ਦੇਖ ਲਿਆ ਆਪਾਂ ਸਮਝਾ ਦਿੰਦੇ ਹਾਂ ਚੱਲ ਪੜ ਚੱਲੀ ਉਹਦੇ ਸਮਣ ਉਹਦੇ ਘਰਦਿਆਂ ਨੂੰ ਸਮਝਾਉਣਾ ਮਤਲਬ ਕੰਧ 'ਚ ਸਿਰ ਮਾਰਨਾ ਚੱਲ ਕੋਈ ਨਾ ਪੱਟੀ ਕਰ ਲਾਂਗੇ ਤੂੰ ਛੇਤੀ ਚੱਲ ਜਾ ਨਹੀਂ ਜਾਣਾ ਚੱਲ ਠੀਕ ਹੈ ਮੈਂ ਚੱਲਾਂ ਸਮਣ ਤਾਂ ਕੀ ਮਤਲਬ ਆਪਣੇ ਵਿਆਹ ਤੋਂ ਬਾਅਦ ਇੰਡੀਆ ਰਹਿਣਾ ਪੈਣਾ ਹੈ ਹੈਂ ਤੇਰੇ ਡੈਡ ਨੂੰ ਕੀ ਲੱਗਦਾ ਕਿ ਮੈਂ ਤੈਨੂੰ ਬਾਹਰ ਜਾ ਕੇ ਛੱਡ ਦੂੰਗਾ ਹਾਂ ਡੈਡ ਨੂੰ ਲੱਗਦਾ ਮੈਨੂੰ ਨਹੀਂ ਤੈਨੂੰ ਵੀ ਲੱਗਦਾ ਇਸੇ ਕਰਕੇ ਨਾ ਤੂੰ ਆਪਣੇ ਡੈਡ ਮੂਰੇ ਮੇਰਾ ਪੱਖ ਨਹੀਂ ਲਿਆ ਕਰਮ ਮੈਂ ਕੀ ਕਹਿੰਦੀ ਕਿ ਤੁਹਾਡੇ ਕੋਲ ਜ਼ਮੀਨ ਦੀ ਲੜਾਈ ਚੱਲਦੀ ਆ ਇੰਡੀਆ ਤੁਹਾਡੀ ਜਾਨ ਨੂੰ ਖਤਰਾ ਆ ਉਹਨੇ ਇਹ ਸੋਚਣਾ ਕਿ ਤੁਸੀਂ ਆਵਾਰਾ ਹੋ ਗੁੰਡੇ ਹੋ ਬਦਮਾਸ਼ ਹੋ ਬਸ ਠੀਕ ਹੈ ਸਮਝ ਗਿਆ ਕਰਮ ਫਿਰ ਇਹ ਵੀ ਸਮਝੋ ਆਪਾਂ ਇੰਡੀਆ ਹੀ ਰਹਿ ਲੈਂਦੇ ਤੁਹਾਨੂੰ ਮੇਰੀ ਐਪਲ ਆਈਡੀਆ ਵੀ ਤਾਂ ਪਸੰਦ ਹੀ ਆ ਆਪਾਂ ਉਹਦੇ 'ਤੇ ਵਰਕ ਕਰ ਲਾਂਗੇ ਫਿਰ ਇਹ ਗੱਲ ਬਾਹਰ ਜਾਂਦੀ ਆਪਾਂ ਆਪਾਂ ਪੂਨੇ ਬੈਂਗਲੋਰ ਸਾਈਡ ਸ਼ਿਫਟ ਨਾ ਨਾ ਇੰਨੀ ਦੂਰ ਨਹੀਂ ਕੈਨੇਡਾ ਹੀ ਠੀਕ ਆ ਮੈਂ ਕਰਮ ਡੈਡ ਵਿਆਹ ਲਈ ਮੰਨ ਗਏ ਇਹੀ ਬੜੀ ਵੱਡੀ ਗੱਲ ਉਹ ਤੇਰੀ ਡੋਲੀ ਚੱਕਣ ਨੂੰ ਨਹੀਂ ਮੇਰੀ ਅਰਥੀ ਚੱਕਣ ਨੂੰ ਮੰਨੇ ਆ
तू की चाहनी है मैंने तू ये दस। मैं सारी उम्र इंडिया बैठा रहा इतने मेरे सिर पर तलवार लटकते रहे यही चाहनी है तू मरवा के खुश है तू मैनू बिल्कुल भी नहीं कर रहा। यही चाहनी है यार तू मैंने सुनता क्या मैं मर जाना दस मैं किमें मरा मैं जहर खा के मरा मैं ट्रक थले आके मरा बारी थानी छाल मरा दस किमें मरा दस करम मैं तो सोच भी नहीं सकती। फिर आपके डैड नु समझाना कि आपां नु कनेडा जाना पैना है। मैं डैड नु नहीं फोर्स कर सकती थोनू ही समझना पैना की समझना पैना समझाओ यही कि इंडिया रहने हैं तो मैं थोनू गवा बैठांगी जे कैनेडा जाने हैं अपने माँ प्यो नु इस तो बेटर तो यही है ना कि साडे विच जो कुछ भी आप इत्थे खत्म कर दे। नफरत की गल कर शॉट देखी सही लाया मैं हाँ हाँ ठीक है खट द क्रैप ब्रो जान के गल शॉट लाया सी देख पीछे खड़े फ्रेम चलाने भी सुसु कर रहे ने ओए ओए पीछे कर शॉट पीछे कर जल्दी कर क्यों आपने इन्हें सुसु कर दें देखने हाँ सुसु कर दें देखना मैं देखना तार थलों दी गई सी तां दी गई सी कोट देखना मैं वो देख वो देख तेरे कोट की जेब च पाई जिंदा मैं तेरे कोट की जेब चा मेरा फोन लभ गया मेरा फोन कितने पाया एक्चुअली ब्रो कोट ते मंगवा सी तू साला मैनू मंगवे कपड़े पोना ओ पर थोड़े जच ते रहा सी ना ओ तेरे जचन दे चक्कर च ना मेरे फोन दा बचना औखा होया ओ छड भरावा इनू फोन ला जिंदा कोट सी लेके आईए चलो खड़ जाओ फिर एक मिनट अपना फोन चक ला जल्दी कर ना तेरे फोन चो करंट निकल रहा वाइब्रेशन ते क्यों लगे हुए यार जे जे भुल गया लगता तो यही है अज रिजल्ट आवा प्लस टू का ओ नहीं यार एल्स का अच्छा फिर ठीक है मेरी तो थ्रोट च आ गई सी पर आना कदों है हूँ ही दो मिनटों सही बारह बजे तेरे बारह क्यों बजे हुए ने इन्ने घेंट बंदे नाल पेपर दे गए सी बैंड भी तो घेंट ही आवगे हाँ जी बाई जी आ गया प्रीत प्रीत कौन है तू की कर दौरे प्रीत प्रीत तू जान दी इनू मैं टीचर हाँ जी प्रीत फ्लाइंग फैदर वाले वालों आया जी आईलेट्स दा रिजल्ट देन जी दे फिर हाँ दिना जी एक तो प्रीत नाम रखते बहुत ने जी घर दे रिजल्ट ही बहुत होए पए ने इन्हां दे वैसे प्रीत ई नाल पाउंदी है काई नाल जी
ई आई की इंग्लिश नहीं आती जी, फिर तो मिल गया जी। आ लो जी, देखते रहिए। वैसे मेरे एक गिलास पानी का मिल सकता है? जा कॉल्स कर ले तेरे फ्रेंड नू, पहले चुकया नहीं फिर बिजी आई गया ते हुन स्विच ऑफ। ए सत्ती नाम दा मुंडा कोई है भी कि ए भी तेरे झूठ दा हिस्सा है? तू इन्ना झूठा होएगा करम, मैं सोचया नहीं सी। निमरत वांग मैं भी तेरी गल्लां च आ गई, पर हुन ना मैं तेरी गल्लां च रहना ते ना ही निमरत नू रहन देना। की गल, वो मैनू रोकने लिए होर झूठ नहीं बोलेगा? की होया? कुछ तो बोल। आई कर दे यार, दिमाग तो मन्या बंदे का छोटा वड्डा होता है, पर की दिल भी छोटा वड्डा होता है। पता जे मैथ साइंस पढ़ी हुंदी ता जाहिर थोड़ा करनी सी। चल मैथ साइंस ता नहीं पढ़ता है, दिमाग तेज नहीं सी ना, पर टीचर सानू इंसानियत दा पाठ ता पढ़ा सकते सी कि चंगा इंसान किवें बनना है, कदे झूठ नहीं बोलना, किसी दी बेइज्जती नहीं करनी। ਉਹਦਾ ਉਲਟਾ ਸਾਡੀ ਬੇਇੱਜ਼ਤੀ ਕਰਦੇ ਸੀ, ਝੂਠ ਬੋਲਦੇ ਸੀ ਕਿ ਤੂੰ ਕਿਸੇ ਲਾਇਕ। ਪਰ ਉਹਨਾਂ ਦਾ ਕੀ ਕਸੂਰ, ਉਹਨਾਂ ਨੇ ਕਿਹੜਾ ਐਮ ਏ ਇਨਸਾਨੀਅਤ ਕੀਤੀ ਸੀ? ਆਹ ਮੈਂ ਤਾਂ ਸਾਇੰਸ ਦੀ ਕੀਤੀ ਸੀ। ਟੀਚਰ ਤਾਂ ਮੰਨਿਆ ਮਾੜੇ ਚੰਗੇ ਹੋ ਸਕਦੇ ਆ, ਕਰਦੇ ਜਿਹੜੇ ਸੱਤਵੀਂ ਅੱਠਵੀਂ ਤੱਕ ਤਾਂ ਪੁੱਛਦੇ ਨਹੀਂ, ਤੇ ਗਿਆਰਵੀਂ ਬਾਰਵੀਂ ਇਹਨਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਮੁੰਡੇ ਤਾਂ ਬਣੂ ਕੀ। ਇਹਨਾਂ ਨੂੰ ਪੁੱਛਣ ਨਾ ਹੋਵੇ ਕਿ ਬਾਰਵੀਂ ਮੰਜ਼ਿਲ ਦਾ ਤਾਂ ਹੀ ਮਜ਼ਬੂਤ ਹੋਊ ਨਾ ਜੇ ਪਹਿਲੀ 11 ਮੰਜ਼ਿਲਾਂ ਮਜ਼ਬੂਤ ਹੋਣਗੀਆਂ। ਹਲੇ ਕਲਾਸ ਸ਼ੁਰੂ ਹੋਈ ਹੈ, ਕਿੱਥੇ ਚੱਲੇ ਹੋ? ਘਰੇ ਚੱਲੇ ਹਾਂ ਮੈਡਮ। ਜੇ ਕਲਾਸ ਖਤਮ ਹੋਣ ਤੋਂ ਪਹਿਲਾਂ ਹੀ ਘਰ ਜਾਣਾ ਹੁੰਦਾ ਫਿਰ ਆਉਂਦੇ ਕਿਉਂ? ਇਸ ਤੋਂ ਬਾਅਦ ਨਹੀਂ ਆਉਂਦਾ ਮੈਡਮ। ਆਏ ਤਾਂ ਨੰਬਰ ਕਿਉਂ ਨਹੀਂ ਆਇਆ ਜੀ? ਨੰਬਰ ਆਏ ਨੇ ਜੀ, ਆਏ ਕਿਉਂ ਨਹੀਂ? ਬਸ ਅੱਧੇ ਕੁ ਮਿੰਟ ਤੋਂ ਰਹਿ ਗਈ ਜੀ। ਤੁਸੀਂ ਇਹਨੂੰ ਮਹੀਨਾ ਕੁ ਇੰਸਟੀਟਿਊਟ ਭੇਜੋ ਜੀ, ਕੁੜੀ ਤੁਹਾਡੀ ਨੇ ਆਈਲੈਟਸ ਕੱਢ ਲੈਣੀ ਹੈ ਜੀ। ਨਹੀਂ ਜੀ ਨਹੀਂ, ਇੱਕ ਤਾਂ ਕਲਾਸਾਂ ਕਰਕੇ ਇਹ ਤੋਂ ਕੰਮ 'ਤੇ ਨਹੀਂ ਜਾਇਆ ਜਾਂਦਾ, ਉੱਤੋਂ ਇਹਦੀ ਫੀਸ ਭਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਆ। ਕੋਈ ਗੱਲ ਨਹੀਂ, ਤੁਸੀਂ ਇਹਨੂੰ ਭੇਜੋ, ਜਦੋਂ ਕੁੜੀ 'ਤੇ ਬੈਠ ਨਹੀਂ ਆਉਂਦੇ ਅਸੀਂ ਇਹਦੀ ਫੀਸ ਮਾਫ਼ ਕਰਾ ਦਾਂਗੇ। ਅੱਛਾ, ਐਂ ਵੀ ਹੋ ਜਾਂਦਾ। ਹਾਂਜੀ ਹਾਂਜੀ, ਪੰਜਾਬ ਸਰਕਾਰ ਦੀ ਨਵੀਂ ਸਕੀਮ ਆਈ ਹੈ ਜੀ ਉਡਾਰੀ, ਜਿਹਦੇ 'ਚ ਗਰੀਬ ਬੱਚੇ ਆਈਲੈਟ ਦੀ ਫੀਸ ਨਹੀਂ ਭਰ ਸਕਦੇ, ਉਹਨਾਂ ਨੇ 2 ਰੁਪਏ ਕਿਲੋ, ਮਤਲਬ ਉਹਨਾਂ ਨੇ 2 ਮਹੀਨੇ ਦੀ ਫੀਸ ਮਾਫ਼ ਕੀਤੀ ਜਾਂਦੀ ਹੈ ਜੀ। ਅੱਛਾ ਹਾਂਜੀ, ਫਿਰ ਅੱਗੇ ਵੋਟਾਂ ਆ ਰਹੀਆਂ ਨੇ ਜੀ। ਵੋਟਾਂ, ਚਲੋ ਭੇਜਦਾ ਕਰਾਂਗੇ, ਮੈਂ ਤਾਂ ਨਾਨਕੇ ਗੱਲ ਕਰ ਲਾਂ ਪਹਿਲਾਂ। ਹਾਂਜੀ ਹਾਂਜੀ ਕਰ ਲਓ।
ਸੱਚ ਸੱਚ ਦੱਸ ਦੇ ਪ੍ਰੀਤ ਕੌਣ ਇਹ ਚੱਕਰ ਚੱਲਦਾ ਨਾ ਤੇਰੇ ਇਹਦੇ ਨਾਲ ਨਹੀਂ ਵੀਰੇ ਮੈਂ ਤਾਂ ਪ੍ਰੀਤ ਦਾ ਟੀਚਰ ਮੈਨੂੰ ਥੱਪੜੇ ਨਾ ਖਾਲੀ ਬਾਪੂ ਕੋਈ ਟੀਚਰ ਟੂਚਰ ਨਹੀਂ ਹੈਗਾ ਇਹ ਮੈਂ ਹੁਣੇ ਸੈਂਟਰ ਫੋਨ ਕਰਕੇ ਪੁੱਛਿਆ ਨਾ ਕੋਈ ਫੀਸ ਫੂਸ ਮਾਫ਼ ਕਰਦੇ ਨੇ ਅਤੇ ਨਾ ਇਹਨੂੰ ਕਿਸੇ ਨੇ ਭੇਜਿਆ ਅੱਛਾ ਆਸ ਕੀ ਕਰਦਾ ਫਿਰਦਾ ਇੱਥੇ ਅਤੇ ਤੂੰ ਤੂੰ ਵੀ ਇਹੀ ਕੁਛ ਕਰਦੀ ਸੀ ਤਾਂ ਹੀ ਨੰਬਰ ਨਹੀਂ ਆਏ ਤੇਰੇ ਫੀਸ ਮਾਫ਼ ਕਰਨ ਦੇ ਬਹਾਨੇ ਆਸ ਕੀ ਕਰਦੀ ਫਿਰਦੀ ਇਹਦੇ ਨਾਲ ਨਹੀਂ ਜੀ ਤਾਂ ਭੈਣ ਮਾਰਦਾ ਜੀ ਪ੍ਰੀਤ ਮੈਂ ਕੱਢਦਾ ਤੇਰੀ ਰਿਸ਼ਤੇਦਾਰੀ ਬਾਪੂ ਤੂੰ ਅੰਦਰੋਂ ਡਾਂਗ ਲੈ ਕੇ ਆ ਮੈਂ ਕੱਢਦਾ ਦੇ ਪੁੜੇ ਕੁਛ ਲੈ ਕੇ ਆਉਣੇ ਕੀ ਲੋੜ ਨਹੀਂ ਚਾਚੇ ਉਹੀ ਤੋਂ ਤੈਨੂੰ ਪਤਾ ਨਹੀਂ ਪੰਜ ਬੈਂਡ ਨਹੀਂ ਦੇ ਟੱਪਣੇ ਪ੍ਰੀਤ ਕੇ ਜੇ ਸਮਨ ਨੇ ਨਾ ਪੜ੍ਹਾਇਆ ਹੁੰਦਾ ਪਤਾ ਕਿੰਨਾ ਟਾਈਮ ਦੇ ਕਰਿਆ ਤਾਂ ਮਨ ਕਿੰਨੇ ਅਲੱਗ ਅਲੱਗ ਤਰੀਕਿਆਂ ਗੱਲ ਪੜ੍ਹਾਈ ਕਰੇ ਤਾਂ ਯੋ ਰਮਨੀਕ ਕਰ ਗਈ ਦੇਖ ਲੈ ਕਲੀਅਰ ਇਸ ਨੂੰ ਪਤਾ ਵੀ ਤਾਂ ਵੀ ਪ੍ਰੀਤ ਐਤਕੀ ਜੇ ਪੇਪਰ ਭਰੇਗੀ ਉਸਕੇ ਬੈਂਡ ਨਹੀਂ ਆਉਣੇ ਇਸ ਨੇ ਰੋਕਿਆ ਵੀ ਬਹੁਤ ਪਰ ਤੇਰੇ ਦਬਾਅ ਪਾਉਣ ਕਰਕੇ ਪ੍ਰੀਤ ਨੂੰ ਛੇਤੀ ਪੇਪਰ ਦੇਣਾ ਪਿਆ ਉਹ ਪੁੱਤ ਤੈਨੂੰ ਪਤਾ ਤਾਂ ਹੈ ਸਾਡੇ ਹਾਲਾਤਾਂ ਦਾ ਹੋਰ ਕਿੰਨਾ ਕੁ ਪੜ੍ਹਾਉਂਦੇ ਉਹਨੂੰ ਪਰ ਚਾਚੇ ਥਮੇ ਉਹ ਵੀ ਤਾਂ ਦੇਖੋ ਇਸਕੇ ਬਾਹਰ ਜਾਣੇ ਕੇ ਬਾਅਦ ਸਾਰੇ ਹਾਲਾਤ ਕਿੰਨੇ ਬਦਲ ਜਾਂਗੇ ਅੰਕਲ ਜੇ ਹੁਣ ਚਾਰ ਪੈਸੇ ਇਕੱਠੇ ਕਰਕੇ ਦੋ ਮਹੀਨੇ ਪੜ੍ਹਾ ਦੋਗੇ ਨਾ ਤਾਂ ਪੂਰੀ ਜ਼ਿੰਦਗੀ ਸੁੱਖ ਭੋਗੋਗੇ ਨਾਲੇ ਜੀ ਅਸੀਂ ਫੀਸ ਦਾ ਇੰਤਜ਼ਾਮ ਵੀ ਕਰ ਦਾਂਗੇ ਜੀ ਨਾ ਤੈਨੂੰ ਅਸੀਂ ਮੰਗ 'ਤੇ ਲੱਗਦੇ ਹਾਂ ਚੁੱਪ ਕਰੋ ਬਿੱਟੂ ਅਗਲੇ ਆਪਣੇ ਭਲੇ ਦੀ ਗੱਲ ਕਰ ਰਹੇ ਨੇ ਤੂੰ ਉਹਨਾਂ ਦੀ ਗੱਲ ਪਈ ਜਾਂਦਾ ਆ ਬੈਠ ਕਾਕਾ ਬਹਿ ਜਾ ਪੁੱਤ ਪਹਿਲਾਂ ਤਾਂ ਮਾੜੇ ਵਤੀਰੇ ਲਈ ਤੇਤੋਂ ਅਸੀਂ ਮਾਫ਼ੀ ਮੰਗਦੇ ਹਾਂ ਦੂਜਾ ਜੋ ਤੂੰ ਪ੍ਰੀਤ ਲਈ ਕੀਤਾ ਉਹਦੇ ਲਈ ਤੇਰਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਅੰਕਲ ਜੀ ਕੋਈ ਗੱਲ ਨਹੀਂ ਜੀ ਭਾਵੇਂ ਸਾਰੀ ਉਮਰ ਮਜ਼ਦੂਰੀ ਕੀਤੀ ਆ ਪਰ ਮੰਗ ਕੇ ਨਹੀਂ ਖਾਧਾ ਕਿਸੇ ਕੋਲੋਂ ਇਸ ਲਈ ਫੀਸ ਦਾ ਇੰਤਜ਼ਾਮ ਵੀ ਅਸੀਂ ਆਪ ਹੀ ਕਰਾਂਗੇ ਇਹਦੇ ਮਾਮੇ ਨਾਲ ਮੈਂ ਗੱਲ ਕਰ ਰੱਖੀ ਆ ਉਹਨੇ ਫੈਕਟਰੀ 'ਚ ਇਹਦੇ ਵਾਸਤੇ ਕੰਮ ਲੱਭ ਰੱਖਿਆ ਉੱਥੇ ਦੋ ਮਹੀਨੇ ਲਾ ਕੇ ਆਪਦੀ ਫੀਸ ਜਮ੍ਹਾਂ ਕਰ ਲਓਗੇ ਫਿਰ ਆ ਜਾ ਕਰੂ ਤੁਹਾਡੇ ਕੋਲ ਪੜ੍ਹਨ ਪਰ ਅੰਕਲ ਜੀ ਕਦੋਂ ਜਾਣਾ ਜੀ ਪ੍ਰੀਤ ਨੇ ਨਾਨਕੇ ਅਗਲੇ ਹਫ਼ਤੇ ਫਿਰ ਉਨ੍ਹਾਂ ਟਾਈਮ ਤੁਸੀਂ ਇਹਨੂੰ ਪੜ੍ਹਨ ਲਈ ਭੇਜ ਸਕਦੇ ਹੋ ਜੀ ਚਲੋ ਠੀਕ ਹੈ ਫਿਰ ਚਾਚਾ ਜੀ ਹਮੇ ਵੀ ਚਲਾਂ ਚਾਹ ਪੀ ਜਾਂਦੇ ਨਹੀਂ ਚਾਚੇ ਫਿਰ ਹਨੇਰਾ ਹੋ ਜਾਏਗਾ ਉੱਪਰ ਤੇ ਮੌਸਮ ਵੀ ਖਰਾਬ ਹੋ ਰਿਹਾ ਗੱਲ ਜਾਂਦੇ ਵੀ ਇਹਨਾਂ ਨੇ ਮੇਰੇ ਘਰ ਨੂੰ ਵੀ ਹੋ ਕੇ ਜਾਣਾ ਚਲੋ ਚੰਗਾ ਖਿਆਲ ਰੱਖਿਓ ਆਪਦਾ ਠੀਕ ਹੈ ਜੀ ਛੇਤੀ ਮੁੜੇ ਆਇਆ ਆਪਣੀ ਉਹ ਕਿਹੜੀ ਮੀਟਿੰਗ ਕਹਿਣਾ ਹੁੰਦਾ ਹੈ ਬਿਜ਼ਨਸ ਮੀਟਿੰਗ ਆਹੋ ਬਿਜ਼ਨਸ ਮੀਟਿੰਗ ਮੁੱਕ ਗਈ ਕੋਈ ਬਿਜ਼ਨਸ ਮੀਟਿੰਗ ਤੇ ਨਹੀਂ ਸੀ ਜਾਂਦਾ ਬੇਬੇ ਸ਼ਹਿਰ ਵਿਧੀਆਂ ਮਾਰ ਕੇ ਆ ਜਾਂਦਾ ਸੀ ਪਰ ਅੱਜ ਤੋਂ ਬਾਅਦ ਨਹੀਂ ਜਾਣਾ ਆ ਫੜੋ ਪੋਲਟ ਦੀ ਚਾਬੀ ਵੇਚ ਦੇ ਨਾ ਪੁੱਤ ਇੰਨੀਆਂ ਰੀਝਾਂ ਨਾਲ ਤਾਂ ਤੈਨੂੰ ਲੈ ਕੇ ਦਿੱਤਾ ਇਹ ਬੇਬੇ ਤੁਹਾਡੇ ਇਸੇ ਲਾੜ ਪਿਆਰ ਨੇ ਨਾ ਮੈਨੂੰ ਵਿਗਾੜਿਆ ਕਿਹੜੀ ਚੀਜ਼ ਦੀ ਜ਼ਿੱਦ ਕੀਤੀ ਲੈ ਤੀ ਜੋ ਕਿਹਾ ਸੋ ਮੰਨ ਲਿਆ ਜੇ ਲਾਈਆਂ ਹੁੰਦੀਆਂ ਨੇ ਮੇਰੇ ਕੰਨ ਤੇ ਚਾਰ ਤਾਂ ਕੁਛ ਬਣਤਾ ਗਿਆ ਹੁੰਦਾ ਮੈਂ ਚੱਲ ਫਿਰ ਪੜ੍ਹ ਲੈ ਜਾ ਕੇ ਗੱਲਾਂ ਨਾਲ ਨੀ ਪਲੱਸ ਟੂ ਹੋਣੀ ਪੜ੍ਹਨ ਲੱਗ ਜੂੰਗਾ ਪਰ ਪੂਰਨਾ ਉਦੋਂ ਹੈ ਜਦੋਂ ਮੈਂ ਦੁਬਾਰਾ ਫੇਲ ਹੋ ਗਿਆ ਉਹ ਤੋਂ ਪਹਿਲਾਂ ਨੀ ਕੁਛ ਕਹਿਣਾ ਚੱਲ ਮੰਨ ਲਾ ਮੈਂ ਦੁਬਾਰਾ ਫੇਲ ਹੋ ਗਿਆ ਉਹ ਤੋਂ ਬਾਅਦ ਹਰਾਮ ਜਾਦੇ ਕੁੱਤਿਆ ਤੂੰ ਫੇਰ ਤੋਂ ਫੇਲ ਹੋ ਗਿਆ ਬੇਬੇ ਤੂੰ ਆਪੇ ਤਾਂ ਕਿਹਾ ਪੁੱਤ ਵੀ ਮੈਨੂੰ ਘੂਰਨਾ ਜਦੋਂ ਮੈਂ ਫੇਲ ਹੋ ਗਿਆ ਬੇਬੇ ਠੰਡ ਰੱਖ ਪੂਰੀ ਗੱਲ ਤਾਂ ਸੁਣ ਲਾ ਚੱਲ ਠੀਕ ਹੈ ਬੋਲ ਤੂੰ ਬੋਲ ਜੇ ਮੈਂ ਦੁਬਾਰਾ ਫੇਲ ਹੋ ਗਿਆ ਉਹ ਤੋਂ ਬਾਅਦ ਨਹੀਂ ਮੈਂ ਪੜ੍ਹਨਾ ਪਰ ਤੂੰ ਜੋ ਕਹੇਂਗੀ ਉਹ ਮੈਂ ਸਭ ਕਰ ਚਾਹੇ ਮੈਨੂੰ ਆੜਤੀ ਦੁਕਾਨ ਤੇ ਬਿਠਾ ਲਿਓ ਚਾਹੇ ਗੋਹਾ ਕੂੜਾ ਕਰਾ ਲਿਓ ਚਾਹੇ ਡੰਗਰ ਸਮਾ ਦਿਓ ਚਾਹੇ ਖੇਤੀ ਕਰਾ ਲਿਓ ਜੋ ਕਹੇਂਗੀ ਨਾ ਮੈਂ ਕਰ ਲੂੰਗਾ ਤੂੰ ਨਿਕੰਮਾ ਨਹੀਂ ਮੈਨੂੰ ਕਹਿ
ਚਾਹੇ ਲੋਕੀ ਮੈਨੂੰ ਲੱਖ ਗਾਲਾਂ ਕੱਢ ਲੈਣ, ਪਾਪ ਮੈਨੂੰ ਜੋ ਮਰਜ਼ੀ ਕਹੀ ਜਾਵੇ, ਪਰ ਤੂੰ ਨੀ ਮੈਨੂੰ ਕੁਛ ਕਹਿਣਾ। ਕਦੇ ਨੀ ਕਹਿੰਦੀ, ਤੂੰ ਤਾਂ ਮੇਰਾ ਹੀਰਾ ਪੁੱਤ ਹੈ। ਚੱਲ ਜਾ, ਸਿਰੀ ਨੀ ਆਇਆ ਆਪਣਾ, ਸੰਨੀ ਰਲਾ ਦੇ ਜਾ। ਬੇਬੇ ਹੁਣੇ ਤਾਂ ਮੈਂ ਆਇਆ, ਚਾਹ ਪਾਣੀ ਤਾਂ ਪੁੱਛ ਲਾ। ਹਾਂ ਲਿਆਉਣੀ ਆ, ਚਾਹ ਛੱਡ, ਕਾੜਨੀ ਵਾਲਾ ਦੁੱਧ ਲਿਆਉਣੀ ਆਪਣੇ ਪੁੱਤ ਲਈ। ਹਾਂ ਸੱਚ, ਸੱਤੀ ਆਇਆ ਸੀ ਅੱਜ, ਕਹਿੰਦਾ ਤੇਰਾ ਫੋਨ ਬੰਦ ਆ ਰਿਹਾ, ਗੱਲ ਕਰ ਲੈ ਉਹਦੇ ਨਾਲ, ਟੈਨਸ਼ਨ 'ਚ ਲੱਗਦਾ ਸੀ। ਹੈਲੋ, ਹਾਂਜੀ ਰਾਨੀ ਭਾਈ ਜੀ, ਕਿਵੇਂ ਹੋ? ਵਧੀਆ ਬ੍ਰੋ, ਵਧੀਆ। ਐਂਡ ਸੋਰੀ ਯਾਰ, ਮੇਰਾ ਨਾ ਫੋਨ ਗੁੰਮ ਗਿਆ ਸੀ, ਤਾਂ ਕਰਕੇ ਤੇਰੇ ਦੋਸਤ ਦਾ ਯਾਰ ਕੀ ਨਾਂ ਸੀ ਉਹਦਾ? ਸੱਤੀ। ਸੋਰੀ ਯਾਰ, ਸੱਤੀ ਦਾ ਫੋਨ ਨਹੀਂ ਚੱਕ ਪਾਇਆ। ਹਾਂਜੀ ਭਾਜੀ, ਉਹਨੇ ਫੋਨ ਕਰ ਕਰਕੇ ਮੈਨੂੰ ਵੀ ਬਹੁਤ ਤੰਗ ਕੀਤਾ। ਤੁਸੀਂ ਇੱਕ ਵਾਰੀ ਕਰ ਲਓ ਫੋਨ। ਉਹ ਕੀਤਾ ਸੀ ਬ੍ਰੋ, ਉਹਦਾ ਫੋਨ ਸਵਿੱਚ ਆਫ ਆ ਰਿਹਾ। ਤੂੰ ਐਂ ਕਰ, ਉਹਨੂੰ ਮਾੜਾ ਜਿਹਾ ਸੁਨੇਹਾ ਲਾ ਦੇ ਘਰੇ ਜਾ ਕੇ ਵੀ ਉਹਦੀ LMI ਅਪਲਾਈ ਹੋ ਗਈ ਹੈ ਸਕਸੈਸਫੁਲੀ, ਇੱਕ ਦੋ ਹਫ਼ਤੇ 'ਚ ਗੱਲ ਬਣ ਜਾਣੀ ਹੈ। ਬ੍ਰੋ ਓਵਰਆਲ 8 ਪੁਆਇੰਟ ਆ ਗਏ ਮੇਰੇ। ਮੁਬਾਰਕਾਂ। ਥੈਂਕ ਯੂ ਬ੍ਰੋ। ਫੋਨ ਇਕੱਠੇ ਚੱਲਾਂਗੇ ਮੇਰੇ ਕਾ, ਉਹ ਵੀ ਬਿਜ਼ਨਸ ਕਲਾਸ 'ਚ। ਉਹ ਯਾਦੀ, 8 ਬੈਂਡ ਆ ਗਏ ਤੇਰੇ ਬਾਈ ਦੇ ਓਵਰਆਲ। ਰਾਈਟਿੰਗ 7.5, ਲਿਸਨਿੰਗ ਤੇ ਰੀਡਿੰਗ 8, ਤੇ ਗੈਸ ਆਊਟ ਸਪੀਕਿੰਗ 'ਚ ਕਿੰਨੇ? 8.5 ਬ੍ਰੋ। ਰਿਕਾਰਡ ਹੀ ਕਾਇਮ ਕਰਤੇ, ਡੈਡ ਨੂੰ ਦੱਸੂੰਗਾ ਤਾਂ ਬਾਹਲੀ ਖੁਸ਼ ਹੋਣਗੇ ਯਾਰ। ਕੀ ਹੋ ਗਿਆ ਤੈਨੂੰ? ਮੇਰੇ ਬੈਂਡ ਆਏ ਦੀ ਕੋਈ ਖੁਸ਼ੀ ਨਹੀਂ ਹੋਈ? ਉਹ ਹਾਂ ਸੱਚ, ਅੱਜ ਤਾਂ ਤੇਰਾ ਵੀ ਰਿਜ਼ਲਟ ਆਉਣਾ ਸੀ, ਕੀ ਬਣਿਆ? ਬਣੀ ਨਹੀਂ ਗੱਲ? ਕਿੰਨੇ ਆਏ? 5.5। 5.5? ਯਾਰ 5.5 ਯਾਰ, ਇੰਨੇ ਪੈਂਟ ਤਾਂ ਮੇਰੀਆਂ ਅੱਖਾਂ ਬੰਦ ਕਰਕੇ ਪੇਪਰ ਦੇ ਤੇ ਆ ਜਾਂਦੇ। ਸੋਰੀ ਯਾਰ, ਮੈਨੂੰ ਇੰਨਾ ਹੱਸਣਾ ਨਹੀਂ ਚਾਹੀਦਾ, ਪਰ ਯਾਰ 5.5 ਯਾਰ, ਈਚ ਮੋਡਿਊਲ 'ਚ ਕਿੰਨੇ ਆਏ ਤੇਰੇ? ਸਾਲਿਆ ਤੇਰੇ ਕਰਕੇ ਘੱਟ ਆਏ ਜੀ। ਯਾਰ ਮੇਰੇ ਕਰਕੇ? ਮੈਂ ਥੋੜ੍ਹੀ ਤੇਰਾ ਪੇਪਰ ਚੈੱਕ ਕਰਿਆ ਸੀ। ਪੇਪਰ ਛੇਤੀ ਤਾਂ ਤਾਂ ਕਰਵਾਇਆ ਸੀ ਨਾ, ਪਰ ਉਹ ਗਾਣੇ ਦੇ ਚੱਕਰ 'ਚ ਸਾਲੀ ਸਪੀਕਿੰਗ ਵੀ ਨਹੀਂ ਵਧੀਆ ਦਿੱਤੀ ਗਈ ਮੇਰੇ। ਯਾਰ ਮੈਂ ਵੀ ਤੇਰੇ ਨਾਲ ਹੀ ਪੇਪਰ ਦੇ ਕੇ ਆਇਆ, ਮੈਂ ਕਿਹੜਾ ਪੜ੍ਹਿਆ ਸੀ, ਫਿਰ ਮੇਰੇ ਕਿਵੇਂ ਆ ਗਏ? ਕਿਉਂਕਿ ਤੂੰ ਅੰਗਰੇਜ਼ੀ ਮੀਡੀਅਮ 'ਚ ਪੜ੍ਹਿਆ ਕਿ ਮੈਂ ਸਰਕਾਰੀ 'ਚ? ਓਕੇ, ਫਿਰ ਪਹਿਲਾਂ ਦੱਸਣਾ ਸੀ ਨਾ ਬ੍ਰੋ। ਚੱਲ ਕੋਈ ਗੱਲ ਨਹੀਂ, ਐਂ ਕਰ, ਆਪਣਾ ਪਾਸਪੋਰਟ ਦੇ ਮੈਨੂੰ। ਕਿਉਂ? ਮੈਂ ਤੇਰੇ ਪੇਪਰ ਦੀ ਡੇਟ ਬੁੱਕ ਕਰਨ ਲੱਗਿਆ ਨੈਕਸਟ ਮੰਥ ਦੀ। ਉਹ ਹਾਲੇ ਨਹੀਂ ਯਾਰ, ਹਾੜੀ ਵੱਢ ਕੇ ਫਿਰ ਪੇਪਰ ਦੇਊਂਗਾ। ਯਾਰ ਹਾੜੀ ਸੰਧੂ ਨੂੰ ਕਿਉਂ ਵੱਢਣਾ? ਹੁਣ ਥੋੜ੍ਹੀ ਤੇਰੀ ਸਪੀਕਿੰਗ ਲਈ ਸੀ। ਵੈਸੇ ਮੈਂ ਇਸ ਕੰਮ 'ਚ ਤੇਰੀ ਹੈਲਪ ਨਹੀਂ ਕਰ ਸਕਦਾ, ਬਟ ਮੈਂ ਤੇਰੀ ਪੇਪਰ ਦੀ ਡੇਟ ਬੁੱਕ ਕਰ ਰਿਹਾ। ਰਹਿਣ ਦੇ ਯਾਰ। ਆਮ ਸੋਰੀ ਬ੍ਰੋ, ਆਈ ਐਡਮਿਟਿਡ ਕਿ ਸਾਰੀ ਗਲਤੀ ਜੇ ਜੇ ਦੀ ਸੀ, ਬਟ ਹੁਣ ਤੇਰੀ ਐਗਜ਼ਾਮ ਦੀ ਫੀਸ ਭਰਨ ਤੋਂ ਲੈ ਕੇ ਤੈਨੂੰ ਸਾਰੀ ਤਿਆਰੀ ਕਰਾਉਣ ਦੀ ਰਿਸਪੋਂਸੀਬਿਲਟੀ ਵੀ ਜੇ ਜੇ ਦੀ ਹੋ। ਲੈ, ਤੂੰ ਤਾਂ ਅੰਗਰੇਜ਼ੀ ਵਾਲਾ ਹੈਂਡਸ਼ੇਕ ਵੀ ਸਿੱਖ ਗਿਆ, ਅੰਗਰੇਜ਼ੀ ਵੀ ਤੈਨੂੰ ਆਈ। ਲੈ ਆ ਜਾ, ਤੇਰੇ ਪੇਪਰ ਦੀ ਡੇਟ ਬੁੱਕ ਕਰੀਏ। ਕਿੰਨੀ ਸੋਹਣੀ ਆ ਨਾ ਇਹਦੀ ਵਾਈਫ। ਨਤੀ ਬਹੁਤ ਲੱਕੀ ਆ। ਬਹੁਤ ਲੱਕੀ ਹੈ। ਮੰਮੀ, ਨਾ ਮੇਰੇ ਦੋਸਤ ਹੈ, ਇਸਕਾ ਨਾਮ ਰਮਨੀਕ ਹੈ, ਔਰ ਇਸਕਾ ਸਮਨ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ, ਜਿਉਂਦੇ ਰਹੋ, ਹੈ ਬੈਠੋ। ਨਾ ਵੀ ਮੇਰੇ ਗੈਲੋ ਬਣਾ ਦੇ ਮੰਮੀ। ਅੱਛਾ, ਉਹ ਉੜਦੇ ਖੰਭ ਵਾਲਿਆਂ ਕੇ ਉੜਦੇ ਖੰਭ? ਉਹ ਮੰਮੀ ਨੂੰ ਫਲੈਂਗ ਫੈਦਰ ਕਹਿਣਾ ਨਹੀਂ ਨਾ ਆਉਂਦਾ। ਕਹਿਣਾ ਤੈਨੂੰ ਵੀ ਨਹੀਂ ਆਉਂਦਾ। ਹੋਰ ਪੁੱਤ ਠੀਕ ਆ ਤੁਸੀਂ? ਹਾਂਜੀ ਆਂਟੀ। ਬਾਬਾ ਮਿਹਰ ਬਣਾਈ ਰੱਖੇ ਥਾਰੇ ਪਰ, ਚੰਗੇ ਚੰਗੇ ਨੰਬਰ ਆਵੇ ਔਰ ਥਮੇ ਬਾਹਰ ਜਾਵੇ। ਲੈ ਯੋ ਰਮਨੀਕ ਕੇ ਤੋ ਆ ਵੀ ਗਏ। ਲੈ ਪੁੱਤ ਵਧਾਈ ਹੋਵੇ ਫਿਰ ਤਾਂ। ਥੈਂਕ ਯੂ ਆਂਟੀ। ਪਰ ਮਾਰੇ ਲਵੀ ਕੇ ਨਾ ਆਵੇ। ਮੈਂ ਤਾਂ ਪੁੱਤ ਬਥੇਰਾ ਕਿਹਾ ਕਿ ਤੂੰ ਮਾਸਟਰਾਂ ਕੋ ਪੜ੍ਹਿਆ ਕਰ, ਪਰ ਯੋ ਪਤਾ ਨਹੀਂ ਕਿਹੜੇ ਕੰਜਰ ਕੀ ਬਾਤੋਂ ਮੈਂ ਆ ਗਿਆ। ਉਸਕੇ ਕਹੇ ਤੇ ਘਰਾਂ ਮੈਂ ਬੈਠਿਆ ਰਹੇ, ਸਾਰਾ ਦਿਨ ਫਿਲਮਾਂ ਮਾ ਗੋਰੀਆਂ ਦੇਖਿਆ ਰਹੇ। ਹੈ ਪੁੱਤ ਇਤਰਾ ਹੁਣ ਪੜ੍ਹਾਈਆਂ? ਮੈਂ ਤਾਂ ਥੱਕ ਗਈ ਸਮਝਾ ਸਮਝਾ ਕੇ ਕਿ ਜਿਹੜਾ ਜਾਏ ਵੱਡੇ ਦਾ ਆ ਪੜਨ ਆਵਾਂ, ਉਹ ਥਮਾ ਕੀ ਪੜਾਵਾਂ? ਹੈ, ਮੈਂ ਕੁਛ ਗਲਤ ਕਿਹਾ ਪੁੱਤ? ਹਾਂਜੀ ਹਾਂਜੀ, ਉਹ ਤਾਂ ਜਿਉਂਦੀ ਰਹਾ ਮੇਰੀ ਨੂੰਹ ਰਾਣੀ, ਜਿਹੜੀ ਮੇਰੇ ਪੁੱਤ ਨੂੰ ਬਾਹਰ ਲਿਜਾਣ ਖਾਤਰ ਦਿਨ ਰਾਤ ਮਿਹਨਤ ਕਰੇ। ਰਾਣੋ। ਹਾਂਜੀ ਮੰਮੀ। 4 ਕੱਪ ਚਾਹ ਧਰ ਲੈ ਪੁੱਤ। ਨਹੀਂ ਨਹੀਂ ਆਂਟੀ, ਅਸੀਂ ਚੱਲਦੇ ਹਾਂ, ਵੈਸੇ ਵੀ ਬਹੁਤ ਲੇਟ ਹੋ ਗਏ, ਫਿਰ ਸਾਨੂੰ ਬੱਸ ਨਹੀਂ ਮਿਲਣੀ। ਲੈ ਇਨ ਡਰਾਈਵ ਕੈਬ ਬੁੱਕ ਕਰਕੇ ਭੱਗ ਜਿਓ। ਇਨ ਡਰਾਈਵ ਨਹੀਂ, ਇਨ ਡਰਾਈਵਰ। ਓਏ ਉਹੀ ਤਾਂ ਤੁਹਾਨੂੰ ਪਤਾ ਨਹੀਂ, ਇਨ ਡਰਾਈਵਰ ਵਾਲਿਆਂ ਨੇ ਨਾਮ ਬਦਲ ਕੇ ਇਨ ਡਰਾਈਵ ਕਰ ਲਿਆ। ਇਹੋ ਦੇਖ, ਕਰ ਲਓ ਕੈਬ ਬੁੱਕ। ਉਹ ਹਾਂ ਸੱਚ, ਅਨੰਤ ਕਾ ਫੋਨ ਆਇਆ ਤਾ ਸ਼ਾਮ ਨੂੰ। ਲੈ ਹੋਰ ਠੀਕ ਠਾਕ ਆ ਮੇਰੀ ਨੂੰਹ ਰਾਣੀ? ਕਿੱਥੇ, ਵਿਚਾਰੀ ਨੂੰ ਕੰਮ ਨਹੀਂ ਮਿਲ ਰਿਹਾ ਹੈ ਕੋਈ। ਯੋ ਸਾਰਾ ਕਰੋਨਾ ਕਾ ਪਵਾੜਾ ਹੈ, ਜਾਏ ਵੱਡਿਆ ਦਾ ਜਾ ਹੀ ਨਹੀਂ ਰਿਹਾ।
हाँ सच न्यू भी कह रही थी कि उन्होंने फीस भेज दो अगले सेमेस्टर की। नहीं अगले सेमेस्टर की भी भेजे, पहला वाली जॉब ते ता 12 12 घंटे काम करे थी, कोई पैसा नहीं जोड़े उत्थे। ओए ओही तो तन्नू पता नहीं बाहर खर्चा पता किन्ना, रहने का खाने का उथे तो बिल भी आने आवा, उही बेली बैठी पकाई मरी जाएगी। हमारी बात हुई भी है कि फीस हमें भरनी है। हां पुत किन्ने चाहिए है? मैं आरती नु फोन कर दिया, कल नु फड़ा जूगा। 20 लाख फीस तो 8 लाख होंगी है, बाकी का दे। और फिर कॉलेज बदल के यूनिवर्सिटी में आ गई ना, उथे लगदे होने माड़े मोटे। पर यूनिवर्सिटी की फीस भी 15 लाख ही होंगी है। कॉलेज चेंज कर लगते होने। ओ हाँ सच मम्मी 50,000 होर फड़ लियो, दो चकमे जे सूट बना के कुरियर कर देंगे। तेनू धोखा दे रही है। कौन वीर? अनंत। ओ किने पुत? ओ बार किसी मुंडे नाल रहिंदी है जी। लिविंग रिलेशन च ये मुंडा मेरे दोस्त का अगों दोस्त है जी। इन्हें उन्होंने फोटो भेजिया ने तो दसिया भी ये दोवें लिविंग च मतलब कि दोवें कट्ठे रहिंदे ने। तो अनंत ने इन्ह सारे ये कहा हुआ जी भी वह ब्याह ही नहीं हुई। मनु तो पहला ही शक था इस पूतनी जी पा। कोई ना वीरे तू घबरा ना, इसका तो इब मैं जुलूस कड़ा इंस्टाग्राम पे फोटो पाके। लवदीप 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 कोई ना वीरे थोड़ा टाइम कल्ला रहन दो नू। दी सैडेस्ट मोमेंट ऑफ माय लाइफ व्हेन दी टिकटॉक गॉट बैन। बैंड ब्रो यार जे क्यों दुख दी रखते हैं तर दें यार। ओ मैं तेरे 5.5 बैंड की गल नहीं कर रहा, जिद करके तेरा वीजा नहीं लगना तो तू बाहर नहीं जा पाएगा, तेन इंडिया रहना पैना। मैं सैकेंड फॉर्म ऑफ बैंड की गल कर रहा सी। ओ यार बापू जी का फोन आ रहा। ओ सुन ला सुन ला यार रिजल्ट बारे पुछणगे की कह कह दे इस बार जे जे पढ़ा रहा बैंड नहीं सदा वीजा ही आऊगा। ओए होए होए बड़ा सेक्सी वेदर हो रखे, बीयर पीने। ओए तू पिएगा? ओ नहीं यार अंकल पूछ ला फिर। ओ तू लंघ जा यार। हेलो सत श्रीकाल बापू जी। पुत घरे कद आएगा? की गल सुख सांदा सब किथे पुत कीती कराई मेहनत ते पानी फिर गया। पर बापू जी होया की आ? अपनी सारी फसल घरियां दी मार चढ़ गई, कुछ नहीं बचा पुत कुछ नहीं बचा। माफ करी पुत हुण मैं तैनू बाहर नहीं भेज सकदा। कोई ना बापू जी कुछ नहीं हुंदा। ला दस रोने क्यों? अरे है ना थोड़ा पुत, मैं बस सवेरे पहली बस फड़ के पिंड आ जाना। बस बस तुसी हौसला रखो कायम रह। बाप ਅੱਜਕੱਲ੍ਹ ਦੇ ਮੁੰਡਿਆਂ ਦਾ ਕੋਈ ਅਤਬਾਰ ਨਹੀਂ ਹੁੰਦਾ, ਉਹ ਬਾਹਰ ਜਾ ਕੇ ਬਦਲ ਜਾਂਦੇ ਨੇ। ਬਟ ਡੈਡ ਕਰਮ ਇੱਦਾਂ ਦਾ ਮੁੰਡਾ ਨਹੀਂ ਆ, ਉਹ ਬਹੁਤ ਕੇਅਰਿੰਗ ਐਂਡ ਸਪੋਰਟਿਵ ਆ। ਫਿਰ ਉਸਨੂੰ ਤੇਰੀ ਇਸ ਡਿਸੀਜਨ ਦੀ ਵੀ ਸਪੋਰਟ ਕਰਨੀ ਚਾਹੀਦੀ ਹੈ ਕਿ ਵਿਆਹ ਤੋਂ ਬਾਅਦ ਤੁਸੀਂ ਦੋਵੇਂ ਇੰਡੀਆ 'ਚ ਰਹੋਗੇ। ਜੇ ਆਪਾਂ ਪਹਿਲਾਂ ਹੀ ਮੁੰਡੇ 'ਤੇ ਸ਼ੱਕ ਕਰਾਂਗੇ ਤਾਂ ਪਰਿਵਾਰ ਇੱਕ ਹੋਣ ਤੋਂ ਪਹਿਲਾਂ ਹੀ ਫਿੱਕ ਪੈ ਜੂ। ਫਿੱਕ ਕਿਵੇਂ ਪੈ ਜੂ? ਜਦੋਂ ਪੰਜਾਬ 'ਚ ਰਹਾਂਗੇ ਇੱਕ ਦੂਜੇ ਦੇ ਘਰੇ ਆਵਾਂਗੇ ਜਾਵਾਂਗੇ, ਸਗੋਂ ਹੋਰ ਪਿਆਰ ਵਧੂਗਾ ਦੋਨੋਂ ਪਰਿਵਾਰਾਂ 'ਚ। ਬਟ ਡੈਡ ਵਾਟ ਅਬਾਊਟ ਜੌਬਸ ਲਾਈਫਸਟਾਈਲ ਫਿਊਚਰ? ਉਹ ਇੰਡੀਆ 'ਚ ਸਭ ਮਿਲੂਗਾ। ਮੁੰਡਾ YPS 'ਚ ਪੜ੍ਹਿਆ ਲਿਖਿਆ, ਆੜਤ ਦਾ ਬਹੁਤ ਚੰਗਾ ਕਾਰੋਬਾਰ ਹੈ। ਤੇਰੀ BTECH ਥਾਪੁਰ 'ਚ ਤੂੰ ਕਰ ਰਹੀ ਹੈ, ਤੇਰੀ ਐਪ ਲਾਂਚ ਹੋਣ ਵਾਲੀ ਹੈ, ਤੁਹਾਨੂੰ ਦੋਵਾਂ ਨੂੰ ਜੌਬ ਦੀ ਕੀ ਲੋੜ? ਇਹਨਾਂ ਦੀਆਂ ਲੋੜਾਂ ਆਪਣੇ ਨਾਲੋਂ ਵੱਖਰੀਆਂ ਨੇ। ਇਹ ਅਲੱਗ ਤਰ੍ਹਾਂ ਦੀ ਜ਼ਿੰਦਗੀ ਜੀਣਾ ਚਾਹੁੰਦੇ ਹੈ। ਜੇ ਕੈਨੇਡਾ ਜਾ ਕੇ ਸੈਟਲ ਹੋਣਾ ਚਾਹੁੰਦੇ ਹੈ ਤਾਂ ਆਪਾਂ ਇਹਨਾਂ ਨੂੰ ਰੋਕ ਨਹੀਂ ਸਕਦੇ। ਨਾਲੇ ਇੰਡੀਆ ਦੀ ਸਿਚੁਏਸ਼ਨ ਦਾ ਤਾਂ ਤੁਹਾਨੂੰ ਪਤਾ ਹੀ ਹੈ ਡੈਡ, ਕੀ ਪਤਾ ਉਰੇ ਤਰੱਕੀ ਹੋਊ ਨਾ ਹੋਊ। ਠੀਕ ਹੈ ਜਾਓ ਤੁਸੀਂ ਦੋਵੇਂ ਜਣੇ ਕੈਨੇਡਾ, ਪਰ ਵਿਆਹ ਤੋਂ 2-3 ਸਾਲ ਤੱਕ ਤੁਸੀਂ ਇੰਡੀਆ 'ਚ ਰਹੋਗੇ। ਉਦੋਂ ਤੱਕ ਤੇਰੀ BTECH ਵੀ ਪੂਰੀ ਹੋ ਜਾਊ,
ਨਾਲ ਤੂੰ ਆਪਣੀ ਐਪ ਲਾਂਚ ਕਰ ਲਈ। ਉਸ ਤੋਂ ਬਾਅਦ ਭਾਵੇਂ ਤੁਸੀਂ ਦੋਨੋਂ ਜਣੇ ਜਾ ਕੇ ਚੰਨ 'ਤੇ ਮਕਾਨ ਪਾੜਿਓ, ਮੈਨੂੰ ਕੋਈ ਇਤਰਾਜ਼ ਨਹੀਂ। ਪੱਕਾ? ਉਹ ਪੱਕਾ ਬਾਬਾ ਪੱਕਾ। ਠੀਕ ਹੈ ਨਿਮਰਤ, ਨਾ ਤੇਰੀ ਨਾ ਇਹਨਾਂ ਦੀ, ਖੁਸ਼ ਹੈ ਹੁਣ? ਬਟ ਮੋਮ, ਇੰਡੀਆ 'ਚ ਕਰਨ ਦੀ ਜਾਨ ਨੂੰ ਖਤਰਾ ਆ। ਖਤਰਾ? ਕਿਹੋ ਜਿਹਾ ਖਤਰਾ ਬੇਟਾ? ਕਰਮੇ ਦੇ ਚਾਚੇ ਦਾ ਉਹਨਾਂ ਦੇ ਨਾਲ ਕੋਈ ਜ਼ਮੀਨ ਦਾ ਝਗੜਾ ਚੱਲਦਾ ਤੇ ਉਹ ਜੇਲ੍ਹ 'ਚ ਆ ਕਿਉਂਕਿ ਉਹਨੇ ਕਰਮੇ ਦੇ ਇੱਕ ਵਾਰੀ ਅਟੈਕ ਕਰਤਾ ਸੀ। ਹੁਣ ਅਗਲੇ ਸਾਲ ਉਹਨੂੰ ਜ਼ਮਾਨਤ ਮਿਲ ਜਾਣੀ। ਦੇਖਿਆ, ਬਸ ਇਸੇ ਕਰਕੇ ਮੈਂ ਇਹਦਾ ਇੱਥੇ ਰਿਸ਼ਤਾ ਕਰਨ ਤੋਂ ਕਤਰਾ ਰਿਹਾ ਸੀ। ਆ ਗਿਆ ਨਾ ਨਵਾਂ ਸਿਆਪਾ ਸਾਹਮਣੇ। ਜੱਟ ਜ਼ਮੀਨ ਦੇ ਪਿੱਛੇ ਕਮਲੇ ਹੁੰਦੇ ਨੇ। ਤੂੰ ਕੀ ਸੋਚਦੀ ਹੈ, ਕੈਨੇਡਾ ਜਾ ਕੇ ਖਤਰਾ ਕਰ ਜੂ? ਉਹ ਜੇ ਅਗਲੇ ਨੇ ਵੱਢਣਾ ਹੋਵੇ ਨਾ, ਉੱਥੇ ਜਾ ਕੇ ਵੱਢ ਦੇਣਗੇ ਉਹਨੂੰ। ਡੈਡ, ਤੁਸੀਂ ਕੀ ਗੱਲਾਂ ਕਰ ਰਹੇ ਹੋ? ਤਿਆਰੀਆਂ ਭੁੱਲ ਜਾ ਹੁਣ ਤੂੰ, ਜੇ ਇੰਡੀਆ 'ਚ ਵੀ ਮੈਂ ਤੇਰੇ ਇਹਦੇ ਪਰਿਵਾਰ 'ਚ ਰਿਸ਼ਤਾ ਕਰ ਦੂੰ। ਬਟ ਡੈਡ, ਪਰਿਵਾਰਾਂ ਦੀ ਲੜਾਈ ਦੀ ਸਜ਼ਾ ਕਰਮ ਕਿਉਂ ਭੁਗਤੇ? ਉਹਦਾ ਕੀ ਕਸੂਰ? ਉਹ ਤੇ ਵਿਚਾਰਾ ਪਿੰਡ ਆਪਣਾ ਪੇਪਰ ਦੇਣ ਜਾ ਰਿਹਾ ਸੀ, ਉਹਦਾ ਹਮਲਾ ਹੋ ਗਿਆ। ਉਹ ਤਾਂ ਵਾਈਪੀਐਸ 'ਚ ਨਹੀਂ ਪੜਿਆ। ਮੋਮ, ਪਲੱਸ ਟੂ ਦਾ ਪੇਪਰ ਉਹ ਪਿੰਡ ਹੀ ਦੇਣ ਜਾ ਰਿਹਾ ਸੀ ਤੇ ਅਟੈਕ ਹੋਣ ਕਰਕੇ ਉਹ ਪੇਪਰ ਨਹੀਂ ਦੇ ਸਕਿਆ ਤੇ ਉਹ ਫੇਲ ਹੋ ਗਿਆ। ਫਿਰ ਉਹਦੇ ਘਰਦਿਆਂ ਨੂੰ ਉਹਨੂੰ ਪਿੰਡ 'ਚੋਂ ਉਠਾ ਕੇ ਵਾਈਪੀਐਸ 'ਚ ਪਾਤਾ। ਹੁਣ ਮੈਂ ਸਮਝਿਆ, ਬਲਵਿੰਦਰ ਜੀ ਨਹੀਂ ਜਿਹਨਾਂ ਨੂੰ ਮੈਂ ਦਫ਼ਤਰ 'ਚੋਂ ਭੇਜਿਆ ਸੀ ਇਨਕੁਆਇਰੀ ਕਰਨ ਲਈ ਪਿੰਡ, ਉਹ ਦੱਸਦੇ ਸੀ ਇੱਕ ਪਿੰਡ 'ਚ ਪਲੱਸ ਟੂ ਫੇਲ ਕਰਮਾ ਵੀ ਹੈ, ਇਹ ਉਹੀ ਮੁੰਡਾ ਹੋਣਾ। ਡੈਡ, ਤੁਸੀਂ ਜ਼ਿਆਦਾ ਸੋਚ ਰਹੇ ਹੋ। ਦੁਬਾਰਾ ਹਮਲਾ ਹੋਣ ਦੇ ਡਰ ਤੋਂ ਉਹਨਾਂ ਨੇ ਪਿੰਡ 'ਚ ਵਾਈਪੀਐਸ ਬਾਰੇ ਨਹੀਂ ਦੱਸਿਆ। ਬਾਕੀ ਮੋਮ ਨੇ ਉਹਦਾ ਵਾਈਪੀਐਸ ਵਾਲਾ ਸਰਟੀਫਿਕੇਟ ਆਪ ਦੇਖਿਆ ਤੇ ਉਹ ਸਹੀ। ਬਸ ਬਹੁਤ ਹੋ ਗਿਆ, ਉਸ ਮੁੰਡੇ ਨੇ ਤੇਰੇ ਦਿਮਾਗ ਖਰਾਬ ਕਰਕੇ ਰੱਖ ਦਿੱਤਾ। ਉਹਦੇ ਪਿਆਰ ਤੋਂ ਅੰਨੀ ਹੋ ਗਈ, ਤੈਨੂੰ ਸਹੀ ਤੇ ਗਲਤ ਦਾ ਫਰਕ ਨਹੀਂ ਨਜ਼ਰ ਆ ਰਿਹਾ। ਪਰ ਡੈਡ, ਮੇਰੀ ਇੱਕ ਵਾਰੀ ਇਨਫ, ਵਿਆਹ ਦੀ ਗੱਲ ਤਾਂ ਤੂੰ, ਪਰ ਅੱਜ ਤੋਂ ਬਾਅਦ ਜੇ ਉਸ ਮੁੰਡੇ ਦੀ ਗੱਲ ਵੀ ਤੂੰ ਮੇਰੇ ਅੱਗੇ ਕੀਤੀ ਨਾ, ਤੂੰ ਬੈਠੋ ਬਰੋ ਕੋਈ ਨਹੀਂ, ਤਾਂ ਆਪਣੀ ਕੁੜੀ ਨੂੰ। ਕੋਈ ਨਾ ਆਂਟੀ, ਹੌਸਲਾ ਰੱਖੋ, ਚੁੱਪ ਹੋ ਜਾਓ ਤੁਸੀਂ। ਬਾਹਰ ਜਾਣੇ ਤੋਂ ਪਹਿਲਾਂ ਤਾਂ ਇੰਨੀ ਸਾਊ ਬਣੀ ਸੀ, ਪੁੱਛੋ ਨਾ, ਘਰ ਦਾ ਕੱਲਾ ਕੱਲਾ ਕੰਮ ਕਰੇ ਸੀ ਔਰ ਇਬ ਕੱਲਾ ਕੱਲਾ ਭਾਈ ਉਜਾੜ ਕੇ ਰੱਖਦਾ ਮੇਰਾ। ਮੰਮੀ, ਇਬ ਰੋ ਕੇ ਕੁਛ ਨਹੀਂ ਬਣਨਾ, ਜੋ ਭਾਣਾ ਵਰਤਣਾ ਸੀ ਵਰਤ ਗਿਆ, ਰੋਊਗਾ ਤੇ ਉਸਕਾ ਟੱਬਰ। ਉਸਕੀ ਮਾਂ ਦਾ ਨੰਬਰ ਦੇ, ਮੈਂ ਦੱਸਾਂ ਪਤਾ। ਸਮਨ, ਤੈਨੂੰ ਕਦੋਂ ਪਤਾ ਲੱਗਿਆ ਸਭ ਬਾਰੇ? ਤਿੰਨ ਚਾਰ ਹਫ਼ਤੇ ਹੋ ਗਏ। ਤਿੰਨ ਚਾਰ ਹਫ਼ਤੇ? ਵੀਰੇ, ਪਹਿਲਾਂ ਕਾਹਤੋਂ ਨਹੀਂ ਦੱਸਿਆ? ਉਹ ਮੈਨੂੰ ਸੀ ਕਿ ਲਵਦੀਪ ਕੁਝ ਕਰਨਾ ਬੈਠੇ। ਲਵੀ ਪੁੱਤ, ਬਾਹਰ ਖੋਲੋ। ਕਿਆ ਹੋ ਗਿਆ ਵੀਰੇ? ਸੌ ਖਾ ਤੋਂ ਮੈਨੂੰ ਕਦੇ ਛੱਡ ਕੇ ਨਹੀਂ ਜਾਏਗਾ, ਤੇਰੇ ਬਿਨਾਂ ਮਰਾ ਹੈਗਾ ਕੌਣ ਹੈ? ਲਵੀ ਪੁੱਤ, ਇੰਨੀ ਛੇਤੀ ਹੌਸਲਾ ਕਾਹਤੇ ਹਾਰ ਰਿਹਾ? ਆਪਾਂ ਲੜੇਂਗੇ, ਇਨਸਾਫ ਲਵੇਂਗੇ। ਮੈਂ ਕੱਲ੍ਹ ਨੂੰ ਹੀ ਪੰਚਾਇਤ ਇਕੱਠੀ ਕਰਾਂ। ਬਾਕੀ ਪੁੱਤ, ਚਾਰ ਪੈਸੋਂ ਕੀ ਗੱਲ ਹੈ ਨਾ, ਕੋਈ ਗੱਲ ਨਹੀਂ, ਪਾਪਾ ਹੋਰ ਝੋਲੀ ਭਰ ਕੇ ਦਊਗਾ। ਮਾਤਾ, ਇਹ ਉਹੀ ਤਾਂ ਤੈਨੂੰ ਪਤਾ ਨਹੀਂ, ਤੇਰਾ ਪੁੱਤ ਇੰਨਾ ਕਮਜ਼ੋਰ ਨਹੀਂ, ਨਹੀਂ ਹਾਰਦਾ ਇੰਨੀ ਛੇਤੀ। ਕੋਈ ਨਹੀਂ, ਅੱਜ ਤੇ ਮੈਂ ਦਿਨ ਰਾਤ ਇੱਕ ਕਰਕੇ ਪੜਾਂਗਾ ਔਰ ਆਪਣੇ ਦਮ ਪਾ ਬਾਹਰ ਜਾਵਾਂਗਾ। ਫਿਰ ਭੈਣੇ, ਤੇਰਾ ਬੜੇ ਪੈਲਸਮਾਂ ਵਿਆਹ ਕਰਨਾ, ਤੈਨੂੰ ਸਾਰੀਆਂ ਖੁਸ਼ੀਆਂ ਦੇਵਾਂਗਾ। ਬੇਬੇ, ਤੈਨੂੰ ਵੀ ਬਾਹਰ ਲੈ ਕੇ ਜਾਵਾਂਗਾ ਕਨੇਡਾ, ਬੜੀ ਗੱਡੀ ਮੈਂ ਘੁਮਾਵਾਂਗਾ, ਬੜਾ ਘਰ ਲਵਾਂਗਾ। ਜੇ ਨਾ ਵੀ ਜਾਇਆ ਗਿਆ ਨਾ, ਉਰੀ ਰਹਿ ਗਿਆ, ਤੁਹਾਡੇ ਸਾਰੇ ਸੁਪਨੇ ਪੂਰੇ ਕਰਾਂਗਾ। ਪਰ ਕਦੇ ਸੋਚਿਓ ਵੀ ਨਾ ਕਿ ਤੁਹਾਨੂੰ ਛੱਡ ਕੇ ਵਗ ਜਾਵਾਂਗਾ। ਯਾਦੀ ਛਿਪਕਲੀ, ਯਾਦੀ ਭਜਾ ਯਾਰ ਇਹਨੂੰ, ਜੇ ਜਿਹਦੀ ਬੜ ਸੁਣ ਕੇ ਆਪ ਹੀ ਡਰ ਗਈ। ਜਦੋਂ ਵੀ ਮੈਂ ਐਂਟਰ ਕਰਦਾ
तू सैड जाओगे क्यों बैठा हूं यार हूँ कि गल ती किराए पर भी बने हुए हैं इन्ना चिल मौसम है चिल कर यार तेन यह चिल मौसम लगता या ब्रो ये मीह ने साड़ी सारी फसल तबाह करती छे महीने की मेहनत थी बापू की छे महीने की कुछ नहीं बचा बस सारा इत्थे आके जट हार जांदा यार नहीं हारदा अजे तो जट पूरा कैम ब्रो आ चक आपां पढ़दे आ जेजे ने तैनूं प्रोमिस किया ना कि तेरे बैंड लैके आऊ था लैके आऊ हुण कोई फायदा नहीं बई बैंड लैके आउण दा करजा चक के बापू ने भेजना सी हुण तो पहली करजा ही हो गया सीरियसली मतलब जे तेरे बैंड आ भी जांदे तू फिर भी बाहर नहीं जा पाउणा सी जे जे एवें गिल्ट ट्रिप ते निकले होया निकलना उहनूं गोवा ट्रिप ते चाहीदा सी चल कोई गल नहीं आपां तेरा गाना ला के उरी गोवा बना लैणे आ वैसे याद यार तेरी मैनूं इंग्लिश दी राइटिंग दा तां पता नहीं पर गाने बड़े घेंट लिखदा यार तू आ चक What the fuck? Are you crazy? इन एक्सपेंसिव स्पीकर सी डैड यूएस तो लेके आई सी यार हिल गया तू और तेरा दिमाग खराब आ 1.5 लाख का फोन सी तू तोड़ता और तेनू की पता इन्ने महंगे फोन का साली करजाई डैड दी करजाई औलाद सिक्योरिटी भाई जेड़ा तू एकदम अपना प्लान कैंसिल करके मेरा बना रहा है कोई कपलेबाजी तो नहीं ओ यार जेड़ा तू एजेंट का नंबर दिता सी ना वो 2-3 दिन तो आउट ऑफ रीच आ रहा है तेरे LML बंदे का फोन बंद आ रहा है
ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਸਾਡਾ ਅਗਲਾ ਐਪੀਸੋਡ ਆ ਰਿਹਾ 6th ਮਈ ਨੂੰ, ਜਿਹਨੂੰ ਦੇਖਣ ਲਈ ਪਲੀਜ਼ ਸਬਸਕ੍ਰਾਈਬ ਟੂ ਅਰ ਯੂਟਿਊਬ ਚੈਨਲ ਟ੍ਰੋਲ ਪੰਜਾਬੀ। ਹੁਣ ਤੁਸੀਂ ਅਬਰੋਡ ਸਟੱਡੀ ਕਰਨ ਲਈ ਆਪਣੀ ਫੀਸ ਘਰੇ ਬੈਠੇ ਅਰਨ ਕਰ ਸਕਦੇ ਹੋ। ਡਾਊਨਲੋਡ ਕਰੋ DFAVO ਐਪ, ਜਿੱਥੇ ਤੁਸੀਂ ਵੀਜ਼ਾ ਆਉਣ ਤੇ $300 ਦੇ ਨਾਲ ਨਾਲ ਅੱਗੇ ਰੈਫਰ ਕਰਕੇ ਵੀ ਪਰ ਸਟੂਡੈਂਟ $300 ਅਰਨ ਕਰ ਸਕਦੇ ਹੋ। ਇਹਦੇ ਬੇਸਿਸ ਤੇ ਤੁਹਾਨੂੰ ਇੱਕ ਗਾਰੰਟੀਡ ਲੈਟਰ ਇਸ਼ੂ ਹੋਵੇਗਾ, ਜਿਹਦੇ ਨਾਲ ਤੁਸੀਂ ਈਜ਼ੀਲੀ ਲੋਨ ਅਪਲਾਈ ਕਰ ਸਕਦੇ ਹੋ। ਲਿੰਕ ਡਿਸਕ੍ਰਿਪਸ਼ਨ ਵਿੱਚ ਹੈ। ਥੈਂਕ ਯੂ।